हेलो गाइस, वेलकम टू माय न्यू व्लॉग। जी गाइस, मैं तुम्हें शॉर्ट से दिखाने की कोशिश की है, एक पूरा व्लॉग तो पूरी तरह देखो मेरे व्लॉग नो एंड तक बने रहो। गो तो साडा भारत वाज रतन, इत्थे असी हर साल मिट्टी कढ़न आने दिवाली नू, ये साडी सती माता जी ने। मैं कमेंट करके जरूर दस तुम किस तरह का लगे मेरा दिवाली का व्लॉग। ओम जय लक्ष्मी माता, ओम जय जगदीश हरे। हेलो गाइस, वेलकम टू माय न्यू व्लॉग, आई होप यू आर ऑल फाइन। दोस्तों आज दिवाली का दिन है, मैं आशा करता कि राम भगवान थोड़ियां सारियां इच्छावां पूरियां करन। दोस्तों जिवें कि तुहानू पता ही है, हर साल दिवाली अपने वधिया धूमधाम नाल मनाई जांदी है। इंडिया विच बाहर लोग रहिंदे ने, जिहड़े फॉरन विच भी रहिंदे ने इंडियन लोग, ਉਹ ਵੀ ਮਨਾਉਂਦੇ ਨੇ। ਸਾਰੇ ਧਰਮਾਂ ਦੇ ਲੋਕ ਦੋਸਤੋ ਮਿਲ ਕੇ ਮਨਾਉਂਦੇ ਨੇ ਦਿਵਾਲੀ ਦਾ ਐਸਾ ਤਿਉਹਾਰ ਆਪਣਾ, ਜੋ ਕਿ ਰਾਮ ਭਗਵਾਨ ਤੁਹਾਨੂੰ ਪਤਾ ਹੀ ਹੈ, ਦੱਸਣ ਦੀ ਲੋੜ ਹੀ ਨਹੀਂ ਹੈ ਇਤਿਹਾਸ ਆਪਾਂ ਨੂੰ, ਤੁਹਾਨੂੰ ਸਭ ਨੂੰ ਪਤਾ ਹੀ ਹੈ ਰਾਮ ਭਗਵਾਨ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਅਯੋਧਿਆ ਵਿੱਚ। ਤੇ ਦੋਸਤੋ ਅੱਜ ਦੇਖਦੇ ਹਾਂ ਆਪਾਂ ਵਲੌਗ ਰਹੇਗਾ ਦੋਸਤੋ, ਕਿ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਇੱਕ ਪੂਰਾ ਵਲੌਗ ਦੇਵਾਂ ਦਿਵਾਲੀ ਦਾ, ਕੀ ਆਪਾਂ ਮੱਥਾ ਟੇਕਣ ਜਾਊਂਗਾ। ਮੈਂ ਆਪਣੇ ਪਿੰਡ ਦੀਵੇ ਵਗੈਰਾ ਲਗਾਉਣ ਜਾਊਂਗਾ ਤੇ ਤੁਹਾਨੂੰ ਬਾਜ਼ਾਰ ਦੀ ਰੌਣਕ ਵੀ ਦਿਖਾਊਂਗਾ। ਦੋਸਤੋ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਹਦਾ ਵਲੌਗ। ਹਾਂਜੀ ਗਾਇਆ, ਚਲੋ ਚੱਲਦੇ ਹਾਂ ਮੇਰੇ ਪਿੰਡ, ਆਪਾਂ ਚੱਲਦੇ ਹਾਂ ਦੀਵੇ ਲਗਾਉਣ ਲਈ ਮੰਦਿਰ ਵਿੱਚ, ਤੇ ਜਾਊਂਗਾ ਮੈਂ ਤੇ ਖਾਨਕਾ ਤੇ ਜਾਊਂਗਾ, ਡੇਕਾ ਵਾਲੇ ਬਾਬਾ ਜੀ ਤੇ ਜਾਊਂਗਾ ਤੇ ਸਤੀ ਮਾਤਾ ਜੀ ਤੇ ਜਾਊਂਗਾ। ਦੋਸਤੋ ਚਲੋ ਚੱਲਦੇ ਹਾਂ। ਦੋਸਤੋ ਮੈਂ ਜਾ ਰਿਹਾ ਨਾਭਾ ਰੋਡ ਮਲੋਹ ਤੇ। ਹਾਂਜੀ ਗਾਇਸ, ਜੋ ਤੁਸੀਂ ਇਹ ਪਵਿੱਤਰ ਜਗ੍ਹਾ ਦੇਖ ਰਹੇ ਹੋ, ਇਹ ਡੇਕਾਂ ਵਾਲੇ ਬਾਬਾ ਜੀ ਨੇ, ਪਿੰਡ ਭੱਦਲਥੂਆ ਹੈ ਤੇ ਉੱਥੇ ਮੱਥਾ ਟੇਕਦੇ ਨੇ ਲੋਕੀ ਦੀਵੇ ਲਗਾਉਣ ਆਏ। ਅੱਜ ਮੈਂ ਇੱਥੇ ਤੇ ਦੋਸਤੋ ਇੱਥੇ ਹਰ ਸਾਲ ਆਉਣਾ ਮੈਂ ਦੀਵਾਲੀ ਤੇ ਮੱਥਾ ਟੇਕਣ ਲਈ, ਦੀਵੇ ਲਗਾਉਣ ਲਈ। ਤੇ ਚਲੋ ਅੰਦਰਲਾ ਇੱਕ ਵਿਊ ਦੇਖੋ, ਮੈਂ ਦੋਸਤੋ ਕੋਸ਼ਿਸ਼ ਕੀਤੀ ਤੁਹਾਨੂੰ ਡੇਕਾਂ ਵਾਲੇ ਬਾਬਾ ਜੀ ਦਾ ਪੂਰਾ ਵਿਊ ਦੇ ਦੇਵਾਂ। ਦੋਸਤੋ ਹੁਣ ਮੈਂ ਵੱਧ ਰਿਹਾ ਸਤੀ ਮਾਤਾ ਜੀ ਤਰਫ, ਉੱਥੇ ਦੀਵਾ ਲਗਾ ਕੇ ਆਵਾਂਗੇ। ਘੁੱਲੂ ਮਾਜਰਾ ਰੋਡ ਤੇ ਪੈਂਦਾ ਪਿੰਡ ਭੱਦਲਥੂਆ ਤੋਂ ਹੋ ਕੇ ਰਸਤਾ ਲੰਘਦਾ ਘੁੱਲੂ ਮਾਜਰਾ ਪਿੰਡ ਨੂੰ। ਹੈਲੋ ਫਰੈਂਡਸ, ਇਹ ਨੇ ਸਾਡੇ ਸਤੀ ਮਾਤਾ ਜੀ। ਅਸੀਂ ਇੱਥੇ ਹਰ ਸਾਲ ਦੀਵਾਲੀ ਨੂੰ ਮਿੱਟੀ ਕੱਢਣ ਆਉਂਦੇ ਹਾਂ। ਇੱਥੇ ਪਹਿਲਾਂ ਅਸੀਂ ਮਿੱਟੀ ਕੱਢਦੇ ਹਾਂ, ਅਸੀਂ ਸੁਬਹ ਵੀ ਆਏ ਸੀ, ਸ਼ਾਮ ਨੂੰ ਵੀ ਆਏ ਹਾਂ ਦੀਵਾ ਲਗਾਉਣ ਲਈ। ਹਾਂਜੀ ਗਾਇਸ, ਸਾਡਾ ਜੋ ਗੋਤ ਆ, ਸਾਡਾ ਗੋਤ ਆ ਸਾਡਾ ਭਾਰਤ ਵਾਜ ਰਤਨ। ਇੱਥੇ ਅਸੀਂ ਹਰ ਸਾਲ ਮਿੱਟੀ ਕੱਢਣ ਆਉਂਦੇ ਹਾਂ ਦੀਵਾਲੀ ਨੂੰ। ਇਹ ਸਾਡੀ ਸਤੀ ਮਾਤਾ ਜੀ ਨੇ, ਵੱਡੇ ਵਡੇਰੇ ਵੀ ਕਹਿ ਸਕਦੇ ਆਪਾਂ। ਤੇ ਹਾਂਜੀ ਗਾਇਸ, ਤੇ ਹੁਣ ਮੈਂ ਆ ਗਿਆ ਸ਼੍ਰੀ ਦੁਰਗਾ ਮੰਦਿਰ ਵਿੱਚ, ਤੇ ਇੱਥੇ ਵੀ ਮੈਂ ਦੀਵੇ ਲਗਾਊਂਗਾ। ਦੋਸਤੋ ਹੁਣ ਮੈਂ ਖਾਨਕਾ ਵਾਲੇ ਬਾਬਾ ਜੀ ਦੇ ਆ ਗਿਆ, ਤੁਸੀਂ ਖਾਨਕਾ ਵਾਲੇ ਬਾਬਾ ਜੀ ਦੇ ਦਰਸ਼ਨ ਕਰੋਗੇ।
ਤੇ ਹਾਂਜੀ ਗਾਇਜ਼ ਹੁਣ ਤੁਹਾਨੂੰ ਮੈਂ ਮੇਨ ਬਾਜ਼ਾਰ ਮਲੋਹ ਦਾ ਦ੍ਰਿਸ਼ ਦਿਖਾਵਾਂਗਾ। ਨਾਭਾ ਬੱਸ ਸਟੈਂਡ ਤੋਂ ਮੈਂ ਮੇਨ ਬਾਜ਼ਾਰ ਦੀ ਤਰਫ ਵਧ ਰਿਹਾ। चलो चलते हैं आप हम घरे, मैं पिंड जा आया दीवे वगैरह लगा आया मंदिरों में, तो चलो आप घरे चलते हैं, हम घरे भी पूजा करनी है, दीवे लगाने ने, चलो आप मत्था भी टेकना घरे, चलो आप हम घरे चलते हैं मेरे। हाँ जी फ्रेंड्स, मैं दीवे लगा दिते ने घर विच। शांति सर्वतु हरि ओम विश्वानि देव सवितरुरितानि परास्व जलबद्धं तन्यासुवा इमारुद्राय नमसे अपरिने चहरबिराल प्रभरामहे मति यथा संसदिपदे चतुष्पदे विष्णो पुष्टं ग्रामे अस्मे ननातु ब्रह्मा एतन्ते देव सवितरुरितानि राहुर्वेमतये ब्रह्मणे येन यज्ञामते येन यज्ञापति येन मामवा मनो ज्योतिर्जुगुता ऋषि गाता ओम जय लक्ष्मी माता दुर्गारूप नयनम पति माता मैया सुख संपत्ति दाता जो कोई तुमको ध्याता जो कोई तुमको ध्यावत सिद्धि सिद्धि सब पाता ओम जय लक्ष्मी माता तुम पाताल निवासनी तुम ही शुभदाता मैया तुम ही सुनाता करम प्रभाव प्रकाशनी करम प्रभाव प्रकाशनी ओम जय लक्ष्मी माता जिस घर में तुम रहती सब सदा गुण आता मैया सब सदा गुण आता सब संभव हो जाता सब संभव हो जाता मन नहीं घबराता ओम जय लक्ष्मी माता तुम बिन यज्ञ न होवे वास्त्र न कोई पाता।
आई होप दोस्तों तुहानू मेरी दिवाली का ब्लॉग पसंद आया होगा। तो दोस्तों मिलते हैं नैक्सट वीडियो में। थैंक यू फॉर वॉचिंग, बाय।